सब्सक्राइब करो निडर आवाज टीवी नू ते ताजा वीडियोस पाउन लई। कोरोना वायरस दौरान लंबे समय तो ग्रीन जोन में चल रहे पंजाब के सब तो वड्डे पिंडां विच आउंदे जिला तरन तारण के पिंड सुरसिंह अते बासरके विखे भी कोरोना वायरस ने दस्तक दे दिती है। दस दईए कि जिला तरन तारण लगातार ग्रीन जोन में चल रहा सी अते तरन तारण विच एक भी व्यक्ति कोरोना पीड़ित नहीं सी, पर बीते दिन श्री हजूर साहब तो वापस आए श्रद्धालुआं दे जदों सैंपल लए गए तो पिंड सुरसिंह दे इकट्ठे ही पांच व्यक्ति कोरोना पॉजिटिव निकल आए। पिंड बासरके की एक गर्भवती औरत भी कोरोना पीड़ित पाई गई है। जिला तरन तारण के डिप्टी कमिश्नर श्री प्रदीप कुमार सब्बरवाल वालों अधिकारित तौर पर यह पीड़ित मरीजों की पुष्टि कर दी गई है। ज्यों ही इन पांच व्यक्तियों के कोरोना पीड़ित होने का प्रशासन को पता लगा तो प्रशासन वालों तुरंत पिंड नूं सील कर दिया गया। जिक्रयोग है कि श्री हरजूर साहब तो वापस परतन उपरंत बीते शनिवार इन्हां दे सैंपल लए गए सन अते इन्हां नूं घरां विच एकांतवास कर दिता गया सी, पर अज इन्हां दी रिपोर्ट पॉजिटिव आउण कारण पूरे जिले विच हड़कंप मच गया है अते प्रशासनिक अधिकारियों वालों तुरंत इन्हां पीड़ितां नूं तरन तारण के सिविल हस्पताल विखे ले जाया जा रहा है। ਪੈਸੈਂਜਰ ਸੀਗੇ ਹਜ਼ੂਰ ਸਾਹਿਬ ਤੋਂ ਆਏ ਨੇ 24 ਤਰੀਕ ਨੂੰ, ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਨੇ ਉਹਨਾਂ ਨੂੰ ਦੋ ਗੱਡੀਆਂ ਕਰਕੇ ਦਿੱਤੀਆਂ ਸੀਗੀਆਂ ਪ੍ਰਾਈਵੇਟ ਵੈਨਸ, ਉਹਦੇ ਵਿੱਚ ਆਏ ਨੇ ਅਤੇ ਉੱਚ ਅਧਿਕਾਰੀ ਦਾ ਹੁਕਮ ਮੁਤਾਬਕ ਅਸੀਂ ਉਹਨਾਂ ਦੇ ਸੈਂਪਲ ਲਿੱਤੇ ਸੀਗੇ ਸ਼ਨੀਵਾਰ। 21 ਬੰਦੇ ਆਏ ਸੀਗੇ, 17 ਦੇ ਸੈਂਪਲ ਲਿੱਤੇ ਸੀਗੇ ਅਤੇ ਦੋ ਪੇਸ਼ੈਂਟ ਦੇ ਹੋਰ ਸੈਂਪਲ ਲਿੱਤੇ ਸੀਗੇ ਅਤੇ 17 ਦੇ ਵਿੱਚੋਂ ਪੰਜ ਪੇਸ਼ੈਂਟ ਜਿਹੜੇ ਹੈਗੇ ਨੇ ਸੁਰਸਿੰਘ ਪਿੰਡ ਦੇ ਪੋਜ਼ੀਟਿਵ ਆਏ ਨੇ, ਜਿਨ੍ਹਾਂ ਨੂੰ ਅੱਜ ਤਰਨ ਤਾਰਨ ਦੀ ਟੀਮ ਉੱਚ ਅਧਿਕਾਰੀਆਂ ਨਾਲ ਲੈ ਕੇ ਤੇ ਉਹਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ 14 ਦਿਨ ਵਾਸਤੇ ਲੈ ਗਏ। ਸਰ ਇੱਕ ਜਿਹੜੀ ਲੇਡੀ ਬਾਸਰਕੇ ਪਿੰਡ ਦੀ ਤਾਂ ਉਹਨਾਂ ਦੀ ਡਿਲੀਵਰੀ ਹੋਈ ਸੀ, ਕਹਿੰਦੇ ਉਹਦੇ ਪੋਸਟ ਪਾਇਆ ਗਿਆ, ਇਹ ਵੀ ਸਰ ਉੱਪਰੋਂ ਆਈ ਗਈਆਂ ਸੀ ਇੰਸਟਰਕਸ਼ਨਸ ਕਿ ਜਿਨ੍ਹਾਂ ਲੇਡੀ ਦੀ ਡਿਲੀਵਰੀ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਉਹਨਾਂ ਦਾ ਵੀ ਟੈਸਟ ਕੀਤਾ ਜਾਏ। ਉਹਨੂੰ ਸਿਮਟਮ ਤਾਂ ਕੋਈ ਨਹੀਂ ਸੀ ਹੈਗੇ ਅਤੇ ਉਹਦਾ ਟੈਸਟ ਕੀਤਾ ਗਿਆ ਸੀ, ਉਹਦਾ ਵੀ ਪੋਜ਼ਿਟਿਵ ਪਾਇਆ ਗਿਆ ਬਾਸਰਕੇ ਪਿੰਡ ਦਾ। ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਕਿ ਹਾਂ ਕੀ ਕਰਨਾ ਚਾਹੀਦਾ? ਮੈਂ ਸਾਰੇ ਆਪਣੇ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਰੋਨਾ ਦੀ ਬਿਮਾਰੀ ਦਾ ਮਾਹੌਲ ਨਾ ਬਣਾਈਏ ਅਤੇ ਜੋ ਸਰਕਾਰ ਉੱਚ ਅਧਿਕਾਰੀਆਂ ਨੇ ਉਹਨਾਂ ਨੇ ਪਾਲਣਾ ਕਰੀਏ, ਆਪਣੇ ਆਪ ਦਾ 1 ਮੀਟਰ ਦਾ ਡਿਫਰੈਂਸ ਬਣਾ ਕੇ ਰੱਖੀਏ ਅਤੇ ਘਰਾਂ ਤੋਂ ਲੋੜ ਤੋਂ ਬਗੈਰ ਬਾਹਰ ਨਾ ਨਿਕਲੀਏ, ਕਿਉਂਕਿ ਜੇ ਬਿਮਾਰੀ ਮਾੜੀ ਨਹੀਂ ਹੁੰਦੀ ਤਾਂ ਅਮੈਰੀਕਾ ਇਟਲੀ ਦੇ ਵਿੱਚ 2000 ਮੌਤ ਰੋਜ਼ ਦੀ ਨਾ ਹੁੰਦੀ। ਆਪਾਂ ਉਹਨਾਂ ਵੱਲ ਦੇਖਦੇ ਹੋਏ ਹਾਂ, ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਉੱਚ ਅਧਿਕਾਰੀ ਨੂੰ ਹੁਕਮਾਂ ਦੀ ਪਾਲਣਾ ਕੀਤੀ ਹੋਵੇ ਅਤੇ ਆਪਣੇ ਆਪ ਨੂੰ ਘਰ ਦੇ ਵਿੱਚ ਰੱਖਿਆ ਜਾਵੇ, ਸਿਰਫ ਇੱਕ ਇਹੀ ਇਲਾਜ ਹੈ ਜੀ। सबस्क्राइब करो निडर आवाज टीवी नू ते ताजा वीडियोस पाउन लई बैल दा बटन दबाओ।